एक उची सुचिया ईमानदार शख्सी हदे मालिक दीन दुखियां दी सेवा करने वाले जथेदार विसाखा सिंह नंबरदार जो बीते दिन अपनी संसारिक यात्रा पूरी करते हुए प्रभु चरणा विच विराजे सन उन्होंने मित रखे गए पार दा भोग उन्होंने अपने ग्रह स्थान चिराग शाह मोगा विखे पाया गया। इस मौके रागी जथियां वालों विरागमय कीर्तन भी किया गया। महापुरुषों की संगत प्राप्त हो
ਨਾਮ ਅਭਿਆਸੀਆਂ ਦੀ ਸੰਗਤ ਦੇ ਵਿੱਚ ਆਉਣ ਦੇ ਨਾਲ ਕੀ ਫਾਇਦਾ ਹੋਇਆ? ਕਬੀਰ ਸਾਹਿਬ ਕਹਿੰਦੇ ਨੇ ਕੀ ਊਤ ਜਨ ਸਦਾ ਸੁਵੇਲੇ ਜਨਮ ਪਦਾਰਥ ਜੀਨ ਅਬੋਲੇ। ਈਦ ਤੋਂ ਭਾਵ ਹੁੰਦਾ ਹੈ ਇਸ ਰੂਪ ਦੇ ਵਿੱਚ जान जाने फर्क है जो मनुख इस संसार
ਜ਼ਿੰਮੇਵਾਰੀਆਂ ਦੇ ਨਾਲ ਨਾਲ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ ਨਾਲ ਆਪਣੀ ਔਲਾਦ ਤੇ ਸੰਤਾਨ ਪ੍ਰਤੀ ਜੋ ਸੇਵਾਜੀ ਮੰਗਦੇ ਉਹਨਾਂ ਦੇ ਨਾਲ ਨਾਲ ਆਪਣੇ ਇਲਾਕੇ ਵਿੱਚ ਕੋਈ ਚੰਗਾ ਕਰਮ ਕਰਕੇ ਜਾਂਦਾ ਹੈ, ਆਪਣਾ ਨਾਮ ਬਣਾ ਕੇ ਜਾਂਦਾ ਹੈ, ਤਾਂ ਉਸਦਾ ਇਸ ਸੰਸਾਰ ਤੋਂ ਜਾਣਾ ਸਫਲਾ ਗਿਣਿਆ ਜਾਂਦਾ ਹੈ। ਉਸ ਪੱਖੋਂ ਸਰਦਾਰ ਵਿਸਾਖਾ ਸਿੰਘ ਜੀ, ਜਿਨ੍ਹਾਂ ਨੇ ਲੰਬਾ ਸਮਾਂ ਇਸ ਪਿੰਡ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਜੀਵਨ ਬਤੀਤ ਕੀਤਾ, ਸਰਪੰਚੀ ਵੀ ਕੀਤੀ ਔਰ ਨੰਬਰਦਾਰੀ ਵੀ ਕੀਤੀ, ਔਰ ਪਿੰਡ ਦੇ ਵਿੱਚ ਇਲਾਕੇ ਵਿੱਚ ਚੰਗਾ ਸੁੱਖ ਬਣਾਇਆ, ਉਹਨਾਂ ਦੇ ਬੱਚੇ ਵੱਖ ਵੱਖ ਜਗ੍ਹਾ ਤੇ ਬਹੁਤ ਸੋਹਣੇ ਸੈਟਲ ਹਨ। ਇਸ ਪੱਖੋਂ ਇੱਕ ਸਫਲ ਮਨੁੱਖ ਸਨ ਆਪਾਂ, ਔਰ ਸਰਪੰਚ ਜਾਇਦਾਦ ਬਣਾ ਕੇ ਆਪਦੇ ਪਰਿਵਾਰ ਨੂੰ ਬੜੀਆਂ ਉੱਚੀਆਂ ਬੁਲੰਦੀਆਂ ਤੇ ਪਹੁੰਚਾਇਆ, ਜਿੱਥੇ ਉਹਨੇ ਆਪਣੇ ਬੇਟਿਆਂ ਨੂੰ ਪੜ੍ਹਾਇਆ ਲਿਖਾਇਆ, ਉੱਥੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਦੇ ਵਿੱਚ ਸੈੱਟ ਕੀਤਾ, ਜਿਨ੍ਹਾਂ ਵਿੱਚੋਂ ਸਰਦਾਰ ਰਵੇਲ ਸਿੰਘ ਜੋ ਕਿ ਮਾਰਕੀਟ ਕਮੇਟੀ ਦੇ ਸੁਪਰਡੈਂਟ ਦਾ ਕੰਮ ਕਰਦੇ ਰਹੇ ਨੇ, ਉਹਨਾਂ ਨੂੰ ਪਿੱਛੇ ਜੇ ਰਿਟਾਇਰਮੈਂਟ ਮਿਲੀ ਹੈ। ਮੈਂ ਥੋੜੇ ਦਿਨ ਹੋਏ ਇੱਥੇ ਸੋਚ ਕੇ ਆਇਆ ਸੀ, ਮੈਨੂੰ ਪਤਾ ਲੱਗਾ ਕਿ ਉਹ ਵਿਦੇਸ਼ ਗਏ ਹੋਏ ਸਨ, ਉਹਦੇ ਮਗਰੋਂ ਹੀ ਸਰਦਾਰ ਵਿਸਾਖਾ ਸਿੰਘ ਜੀ ਬਹੁਤ ਹੋਈ ਹੈ। ਜੋ ਜੋ ਸਮਾਂ ਜਿਸ ਤਰ੍ਹਾਂ ਉਹਨਾਂ ਨੂੰ ਲਿਖਦਾ ਉਸੇ ਤਰ੍ਹਾਂ ਵਤੀਤ ਕਰਕੇ ਜਾਂਦਾ। ਇਹ ਪਰਿਵਾਰ ਪਾਕਿਸਤਾਨ ਤੋਂ ਇੱਥੇ ਆ ਕੇ ਵਸਿਆ, ਖਾਲੀ ਹੱਥ ਆ ਕੇ ਵਸ ਕੇ ਜਿਨ੍ਹਾਂ ਬੁਲੰਦੀਆਂ ਦੇ ਅੱਜ ਇਹ ਪਰਿਵਾਰ ਪਹੁੰਚਿਆ, ਇਹ ਸਾਰਾ ਕੁਛ ਸਰਦਾਰ ਵਿਸਾਖਾ ਸਿੰਘ ਦੇ ਪਰਿਵਾਰ ਨੂੰ ਸਰਦਾਰ ਵਿਸਾਖਾ ਸਿੰਘ ਦੀ ਦੇਣ, ਕਿਉਂਕਿ ਉਹਨਾਂ ਨੇ ਆਪਣੀ ਨੇਕ ਕਮਾਈ ਕਰਕੇ ਪਰਿਵਾਰ ਦੇ ਆਪਣੇ ਬੇਟਿਆਂ ਨੂੰ ਵਧੀਆ ਸਿੱਖਿਆ ਦੇ ਕੇ ਇਸ ਕਾਬਲ ਕੀਤਾ ਕਿ ਭਾਵੇਂ ਉਹ ਗੌਰਮੈਂਟ ਸਰਵਿਸ ਕਰਨ ਜਾਂ ਆਪਦਾ ਕਿੱਤਾ ਕਰਨ, ਉਸ ਕਿੱਤੇ ਵਿੱਚ ਵੀ ਉਹਨਾਂ ਨੇ ਲਗਨ ਨਾਲ ਕੰਮ ਕੀਤਾ। ਉਹਨਾਂ ਦੇ ਬੇਟੇ ਨੇ ਮਾਰਕੀਟ ਕਮੇਟੀ ਵਿੱਚ ਸਰਵਿਸ ਕੀਤੀ, ਉੱਥੋਂ ਰਿਟਾਇਰ ਹੋਏ ਨੇ, ਉੱਥੇ ਵੀ ਉਹਨਾਂ ਨੇ ਆਪਣਾ ਨਾਂ ਕੱਢਿਆ। ਇਸੇ ਤਰ੍ਹਾਂ ਹੀ ਇਹਨਾਂ ਦੇ ਸਾਰੇ ਹੀ ਪਰਿਵਾਰ ਨੇ ਜਿੱਥੇ ਜਿੱਥੇ ਵੀ ਸਰਦਾਰ ਵਿਸਾਖਾ ਮੈਨੂੰ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਬਹੁਤ ਕੁਝ ਦੱਸਿਆ, ਆਪਦੇ ਪਰਿਵਾਰ ਨੂੰ ਬੜੀ ਵਧੀਆ ਸੇਧ ਦੇ ਕੇ ਗਏ। ਮਾਤਾ ਪਿਤਾ ਦੀ ਦੇਣ ਆਉਂਦੀ ਆ, ਆਪਦੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚਾਹੇ ਕੋਈ ਚੰਗਾ ਵਾਹੀਵਾਲ ਬਣਾ ਦੇਵੇ ਤੇ ਚਾਹੇ ਕੋਈ ਵਿਦੇਸ਼ਾਂ 'ਚ ਭੇਜ ਦੇਵੇ ਚਾਹੇ ਸਿਆਸਤਦਾਨ ਬਣਾ ਦੇਵੇ, ਉਹ ਮਾਤਾ ਪਿਤਾ ਦੀ ਦੇਣ ਆਉਂਦੀ ਹੈ। ਅੱਜ ਸਾਰੇ ਪਾਸੇ ਵਾਹੀਵਾਲ ਪੂਰਾ ਵਾਹੀ ਦੇ ਵਿੱਚ ਪੂਰਾ ਮੁਲਾਜ਼ਮ ਤਬਕੇ ਦੇ ਵਿੱਚ ਪੂਰਾ ਵਿਦੇਸ਼ਾਂ ਦੇ ਵਿੱਚ ਵੀ ਨਾਮ ਬਣਾਇਆ, ਉਹ ਸਾਰਾ ਕੁਛ ਉਹਨਾਂ ਬਜ਼ੁਰਗਾਂ ਦੀ ਦੇਣ। ਉਸ ਤੋਂ ਬਾਅਦ ਅੰਤ ਇਸ ਇਲਾਕੇ ਦੇ ਵਿੱਚ ਇਸ ਨਗਰ ਵਿੱਚ ਆ ਗਏ। ਇਸ ਨਗਰ ਵਿੱਚ ਇਹਨਾਂ ਨੇ ਇਸ ਨਗਰ ਨੂੰ ਬਹੁਤ ਉੱਚੀ ਪਦਵੀ ਵਿੱਚ ਲਗਾਏ। ਚੰਗੇ ਆਦਮੀ ਦਾ ਇਹੀ ਕੰਮ ਹੁੰਦਾ ਹੈ ਕਿ ਨਗਰ ਦੀ ਪਹਿਲਾਂ ਸੇਵਾ ਕਰਨੀ, ਉਸ ਤੋਂ ਬਾਅਦ ਬਾਹਰ ਵੀ ਜਾਣਾ। ਉਸ ਟਾਈਮ ਇਹ ਅਕਾਲੀ ਦਲ 'ਚ ਸ਼ਾਮਿਲ ਹੋ ਗਏ। ਅਕਾਲੀ ਦਲ ਜੋ ਵੀ ਇਹਨਾਂ ਨੂੰ ਭੀੜ ਪਈ ਇਸ ਇਲਾਕੇ ਦੇ ਵਿੱਚ, ਕਈ ਦਫ਼ਾ ਜੇਲ੍ਹ ਵਿੱਚ, ਕਈ ਦਫ਼ਾ ਜੇਲ੍ਹਾਂ ਇਹਨਾਂ ਨੇ ਕੱਟੀਆਂ। ਉਸ ਤੋਂ ਉਪਰੰਤ ਸਰਦਾਰ ਬਾਜ ਸਿੰਘ ਸੁੱਖੀ ਵਾਸੀ ਬਰਾਂਡ ਕਿਸਾਨ ਯੂਨੀਅਨ ਦੇ ਪ੍ਰਧਾਨ ਸਨ ਤੇ ਉਹਨਾਂ ਨੂੰ ਲੋੜ ਪੈਂਦੀ ਸੀ ਤੇ ਉਹਨਾਂ ਨਾਲ ਵੀ ਜੇਲ੍ਹ 'ਚ ਗਏ। ਬਹੁਤ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਸੇਵਾ ਕੀਤੀ। ਉਪਰੰਤ ਥੋੜ੍ਹੇ ਜਿਹੇ ਟਾਈਮ ਵਿੱਚ ਇਹਨਾਂ ਦੀ ਜੋ ਸਿਹਤ ਸੀ ਖਰਾਬ ਹੋ ਗਈ।